हाँ जी भाई जी सारे नूं सत श्री अकाल जी। ते अज आपां नूं एमपी दे विच कम से कम 6 बीघे मिले सीगे सोयाबीन दे वढ़न दे। ते अपनी प्रीत मशीन एक पासे चल रही है वधिया बाबे दी कृपा नाल। ते अज आपां नूं लगभग 3 दिन होया जी अजे चलदी नूं, ठीक है जी। अज तरीक हैगी है जी 23 तरीक 9वां महीना 2023। ते अज मौसम कुछ इत्थे दा इदां दा बणदा, देख सकते हो बदलबाजी आ। ते लगभग एमपी दे विच धुप्प दा घट्टे निकलदी है जी, बदलबाजी सोयाबीन दे टाइम बहुत ज़्यादा रहिंदी आ, ठीक है। इत्थों दे बंदे दसदे ने भी जदों सोयाबीन दी वाढी स्टार्ट होण ते आउंदी आ तां भी इत्थे लगभग भी एकणे मौसम बणिया रहिंदा हर टाइम। ते जदों सोयाबीन वढ़ी जांदी आ फिर कहिंदे धुप्प निकल आउंदी आ। अपने पंजाब दे विच भी लगभग एकणे हुंदा जी जद कणकां दा टाइम हुंदा ਵਿੱਚ, ਮਤਲਬ ਵਾਢੀ ਦੇ ਟਾਈਮ ਕਈ ਵਾਰ ਮੀਂਹ ਵੀ ਪੈ ਜਾਂਦਾ, ਕਈ ਵਾਰ ਚਲੋ ਬਾਬੇ ਦੀ ਕਿਰਪਾ ਹੈ ਕੁਦਰਤ ਦੇ ਰੰਗ ਨੇ ਜੀ ਜਿਵੇਂ ਵੀ ਹੋਣਾ ਹੈ ਨਾ। ਅਤੇ ਦੇਖ ਸਕਦੇ ਹੋ ਅੱਗੇ ਇਹ ਬਾਈ ਸੋਇਆਬੀਨ ਵੱਢਣ ਤੋਂ ਬਾਅਦ ਜਦ ਆਪਾਂ ਢੇਰੀ ਲੱਗ ਜਾਂਦੀ ਹੈ ਥੱਲੇ ਅਤੇ ਉਸ ਤੋਂ ਬਾਅਦ ਨਾਲ ਹੁੰਦੀ ਇਹ ਅੱਗ ਲਾ ਦਿੰਦੇ ਨੇ। ਅਤੇ ਨਾਲ ਦੀ ਨਾਲ ਜਿਹੜਾ ਵੀ ਖੇਤ ਇਹਨਾਂ ਦਾ ਜਿਹਦੇ ਸਾਫ਼ ਸਫਾਈ ਆ, ਅਤੇ ਨਾਲ ਦੀ ਨਾਲ ਇਹ ਆਪਣਾ ਵਾਹ ਵਹੀਆ ਕਰਕੇ ਗਿੱਲੇ ਗਿੱਲੇ ਨੂੰ ਵਾਹ ਵਹੀਆ ਕਰ ਦਿੰਦੇ ਨੇ। ਅਤੇ ਲਗਭਗ ਖੇਤ ਹੈਗੇ ਨੇ ਜੀ ਹਜੇ ਗਿੱਲੇ, ਅਤੇ ਉਕਣੇ ਕੰਮ ਚੱਲੀ ਜਾਂਦਾ। ਅਤੇ ਜਿਹੜਾ ਮਾਲਕ ਆ ਉਰੇ ਦਾ ਇੱਧਰਲਾ ਉਹ ਥੋੜ੍ਹਾ ਜਿਹਾ ਧੱਕਾ ਕਰੀ ਜਾਂਦਾ, ਕਹਿੰਦਾ ਵੀ ਗਿੱਲੇ 'ਚ ਚੱਲਣ ਤੋਂ ਕੋਈ ਗੱਲ ਨਹੀਂ, ਵੀ ਜੇ ਮੀਂਹ ਪੈ ਗਿਆ ਜਿਹੜਾ ਹੱਥ ਪੱਲੇ ਆਇਆ ਆਪਣੇ ਉਹੀ ਆਪਣਾ ਜਿਹੜੀ ਆਪਣੀ ਮਸ਼ੀਨ ਨੇ ਵੱਢਤਾ ਉਹੀ ਆਪਣੇ ਹੱਥ ਪੱਲੇ ਆ, ਨਹੀਂ ਇਸ ਤੋਂ ਇਲਾਵਾ ਆਪਣਾ ਫਿਰ ਹੋਰ ਕੁਛ ਹੈ ਨਹੀਂ, ਠੀਕ ਆ ਜੀ। ਇਸ ਕਰਕੇ ਆਪਾਂ ਵੀ ਹੁਣ ਕਰੀਬ 'ਚ ਦੱਬੀ ਜਾਂਦੇ ਹਾਂ ਕੰਮ, ਸਵੇਰ ਤੋਂ 8:30 ਜਾਂ 9 ਵਜੇ ਤੋਂ ਸਟਾਰਟ ਕਰ ਦਈਦੀ ਆ। ਅਤੇ ਬਾਕੀ ਚਲੋ ਸ਼ਾਮ ਦੇ ਆਪਾਂ 5:30 ਜਾਂ 6 ਵਜੇ ਤੱਕ ਆਪਾਂ ਚਲਾਉਂਦੇ ਹਾਂ, ਠੀਕ ਆ ਜੀ। ਜੇ ਮਾਲਕ ਨੂੰ ਅੱਗੇ ਕੋਈ ਮਤਲਬ ਅੱਗੇ ਕੋਈ ਇਹੋ ਜਿਹਾ ਗਾਹਕ ਮਿਲਦਾ ਕਾਹਲੀ ਵਾਲਾ ਤਾਂ ਫਿਰ ਉਹ ਹਿਸਾਬ ਨਾਲ ਆਪਾਂ ਨੂੰ ਦੇਖਣਾ ਪੈਂਦਾ, ਫਿਰ 8 ਵਜੇ ਤੱਕ ਵੀ ਚਲਾ ਦੇਈਦੀ ਹੈ, 9 ਵਜੇ ਤੱਕ ਵੀ, ਹੈ ਨਾ, ਜਦੋਂ ਤੱਕ ਚੱਲਦੀ ਹੈ ਜੀ। ਬਾਕੀ ਆਹੀ ਟਾਈਮ ਆ ਜੀ ਜਿਹੜੇ 10-15 ਵੱਧ ਤੋਂ ਵੱਧ 20 ਦਿਨ ਲੱਗ ਜਾਣਗੇ ਜੀ, ਬਸ ਆਹੀ ਟਾਈਮ ਆ, ਕਿਉਂਕਿ ਲਗਭਗ ਸੋਇਆਬੀਨ ਬਿਲਕੁਲ ਕਾਲੀ ਆ ਤੁਸੀਂ ਦੇਖ ਸਕਦੇ ਹੋ। ਅਤੇ ਪ੍ਰੀਤ ਮਸ਼ੀਨ ਆ ਜੀ 987 ਅਤੇ ਜੱਗੀ ਬਾਈ ਦੇ ਨਾਲ ਆਪਾਂ ਆਏ ਹੋਏ ਹਾਂ MP ਮੱਧ ਪ੍ਰਦੇਸ਼ ਆਪਣਾ ਜਿੱਥੇ ਕੰਮ ਚੱਲ ਰਿਹਾ। ਜੱਗੀ ਬਾਈ ਚਲਾ ਰਿਹਾ ਜੀ ਮਸ਼ੀਨ, ਦੇਖੋ ਆਪਾਂ ਪਿਛਲੇ ਦਿਨ ਹੀ ਸਰਵਿਸ ਕਰਤੀ ਸੀ ਇਸ ਕਰਕੇ ਮਸ਼ੀਨ ਦੀ ਕੋਈ ਕੰਪਲੇਂਟ ਨਹੀਂ ਹੈਗੀ, ਓਕੇ ਰਿਪੋਰਟ ਆ ਅਤੇ ਤੁਸੀਂ ਦੇਖ ਸਕਦੇ। ਆਪਾਂ ਚੁੱਪ ਇਸ ਕਰਕੇ ਹੋ ਗਏ ਸੀ ਕਿਉਂਕਿ ਮਸ਼ੀਨ ਦੀ ਆਵਾਜ਼ ਕਰਕੇ ਨੂੰ ਕਲੀਅਰ ਨਹੀਂ ਸਾਫ਼ ਦਿਖਣੀ ਸੀਗੀ। ਅਤੇ ਆਹ ਜਿਹੜਾ ਆਪਾਂ ਫੋਨ ਰਾਹੀਂ ਵੀਡੀਓ ਬਣਾ ਰਹੇ ਹਾਂ ਜੀ, ਇਹ ਆਪਾਂ ਫੋਨ ਹੁਣ ਨਵਾਂ ਲਿਆ ਸੀਗਾ, ਕੁਛ ਮੇਰੇ ਵੀਰ ਭਰਾਵਾਂ ਨੇ ਆਪਣੀ ਮਤਲਬ ਮਦਦ ਕੀਤੀ ਸੀਗੀ ਇਸ ਕਰਕੇ, ਕਹਿੰਦੇ ਵੀਰੇ ਫੋਨ ਵਧੀਆ ਲੈ ਲਾ ਹੈ ਨਾ ਵੀ ਵੀਡੀਓ ਵਧੀਆ ਬਣ ਜਾਂਦੀ ਹੈ, ਇਸ ਕਰਕੇ ਆਪਾਂ ਆਈਫੋਨ ਲੈ ਲਿਆ ਸੀਗਾ। ਹੁਣ ਨਹੀਂ ਆਪਣੀ ਇੰਨੀ ਔਕਾਤ ਨਹੀਂ ਸੀਗੀ ਬਾਈ ਜੀ, ਆਪਾਂ ਤੁਹਾਨੂੰ ਸਿੱਧੀ ਗੱਲ ਦੱਸਦੇ ਹਾਂ ਤੁਹਾਡੇ ਭਰਾਵਾਂ ਦੇ ਸਿਰ 'ਤੇ ਹੀ ਆਪਾਂ ਇਸ ਟਾਈਮ ਇਹ ਕੰਮ ਦੀਆਂ ਵੀਡੀਓ ਦਿਖਾ ਰਹੇ ਹਾਂ। ਅਤੇ ਜਿੱਥੇ ਤੱਕ ਆਪਾਂ ਪੜ੍ਹਾਈ ਦੀ ਗੱਲ ਕਰੀਏ, ਪੜ੍ਹਾਈ ਆਪਾਂ ਕਰੀਏ ਜੀ +2 ਪਾਸ, ਬਾਕੀ ITI ਕਰੀ ਹੋਈ ਆ, ਹੋਰ ਤਾਂ ਚਲੋ ਕੀ ਆ, ਜਿੰਨਾ ਕੁ ਹੁੰਦਾ ਜੀ ਲਿਖਣਾ ਪੜ੍ਹਨਾ ਉਨਾ ਕੁ ਆਪਾਂ ਕਰੀ ਜਾਂਦੇ ਹਾਂ, ਬਾਕੀ ਜਿੰਨਾ ਕੁ ਆਉਂਦਾ ਨਹੀਂ ਵੀ ਆਉਂਦਾ ਬਸ ਹੈਗਾ ਤਾਂ ਅੰਗਰੇਜ਼ੀ 'ਚ ਹੱਥ ਟਾਇਟ ਆ ਥੋੜ੍ਹਾ ਜਿਹਾ। ਬਾਕੀ ਖੇਤ ਦੇਖੋ ਜੀ ਗੁੱਡੀਆਂ ਛਾਪਦੀਆਂ ਜਾਂਦੀਆਂ ਨੇ ਲਗਭਗ, ਜਿਹੜਾ ਪਹਿਲਾ ਗੇੜਾ ਹੁੰਦਾ ਪਹਿਲਾ ਗੇੜਾ ਨਾਲ ਬਹੁਤ ਹੀ ਜ਼ਿਆਦਾ ਗਿੱਲਾ ਹੁੰਦਾ। ਅਤੇ ਸੋਇਆਬੀਨ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਜੀ ਨੇੜੇ ਤੋਂ ਵੀ ਕਿੱਦਾਂ ਦੀ ਫਲੀ ਹੁੰਦੀ ਆ, ਕਿੱਦਾਂ ਦੀ ਇਹਦੀ ਝਾੜੀ ਹੁੰਦੀ ਆ ਜੀ। ਜਿਹੜੇ ਮੇਰੇ ਵੀਰ ਭਰਾ ਨਵੇਂ ਦੇਖ ਰਹੇ ਨੇ ਉਹਨਾਂ ਲਈ ਅਤੇ ਕੰਬਾਈਨਾਂ ਵਾਲੇ ਵੀਰ ਤਾਂ ਸਾਰੇ ਜਾਣਦੇ ਹੀ ਨੇ। ਆਹ ਲਓ ਜੀ ਆਹ ਫਲੀ ਹੈ ਇਹਦੀ, ਦੇਖੋ ਕਰੋ ਚੈੱਕ ਜੀ। ਇਹਦੇ ਵਿੱਚੋਂ ਲਗਭਗ ਸੋਇਆਬੀਨ ਦਾ ਬੀਜ ਵੀ ਆਪਾਂ ਦਿਖਾਉਂਦੇ, 3-3, 4-4 ਦਾਣੇ ਹੁੰਦੇ ਨੇ ਇਹਨਾਂ ਦੇ ਵਿੱਚ। ਇਹ ਆਹ ਲਓ ਜੀ ਦੇਖ ਸਕਦੇ ਹੋ ਆਹ ਸੋਇਆਬੀਨ ਹੈ ਜੀ। ਅਤੇ ਸਵੇਰ ਦਾ ਸਮਾਂ ਜੀ ਹਜੇ ਲਗਭਗ ਮੇਰੇ ਖਿਆਲ ਨਾਲ 8:30-9 ਵਜੇ ਦਾ ਟਾਈਮ ਆ, ਅਤੇ ਤੁਸੀਂ ਦੇਖ ਸਕਦੇ ਹੋ ਅੱਜ ਜਿਹੜੀ ਤਰੀਕ ਹੈਗੀ ਆ ਜੀ 23 ਤਰੀਕ 9ਵਾਂ ਮਹੀਨਾ 2023। ਅਤੇ
ਬਾਬੇ ਦੀ ਕਿਰਪਾ ਨਾਲ ਆਪਾਂ ਨੂੰ ਚਾਰ ਪੰਜ ਦਿਨ ਉਹ ਕੰਮ ਚੱਲੀ ਜਾਂਦਾ ਆਪਣਾ ਵਧੀਆ ਅਤੇ ਇੱਕਣੇ ਮਿਲਦਾ ਰਹੇ ਸਾਰੇ ਕੰਬਾਈਨਾਂ ਵਾਲੇ ਵੀਰਾਂ ਨੂੰ ਠੀਕ ਆ ਨਾ ਸਾਰੇ ਕੰਬਾਈਨਾਂ ਵਾਲੇ ਵੀਰਾਂ ਨੂੰ ਇੱਕਣੇ ਕੰਮ ਮਿਲਦਾ ਰਹੇ ਅਤੇ ਆਪਣੀ ਹਾਰਵੈਸਟਰ ਵਧੀਆ ਚੱਲਦੀ ਰਹੇ ਠੀਕ ਆ ਨਾ ਆਪਣੇ ਪੰਜਾਬੀ ਵੀਰ ਬਹੁਤ ਹੀ ਜ਼ਿਆਦਾ ਮਿਹਨਤੀ ਨੇ ਅਤੇ ਆਪਣੇ ਜਿਹੜਾ ਐਗਰੀਕਲਚਰ ਦਾ ਜਿਹੜਾ ਵੀ ਸਮਾਨ ਆ ਕੋਈ ਵੀ ਸੰਦ ਆ ਹੈ ਨਾ ਅਤੇ ਬਹੁਤ ਵੀਰ ਦਿਖਾਉਂਦੇ ਨਹੀਂ ਹੈਗੇ ਬਹੁਤ ਦਿਖਾਉਂਦੇ ਵੀ ਨੇ ਅਤੇ ਇਸ ਕਰਕੇ ਆਪਾਂ ਮੈਂ ਕਿਹਾ ਚਲੋ ਇੱਕ ਚੈਨਲ ਬਣਾ ਲੈਂਦੇ ਇਹਦੇ ਉੱਤੇ ਆਪਾਂ ਸਾਰਾ ਕੁਝ ਦਿਖਾਇਆ ਕਰਾਂਗੇ ਤਾਂ ਲਓ ਜੀ ਦੂਜਾ ਚੱਕਰ ਲਾ ਰਿਹਾ ਬਾਈ ਵੀਡੀਓ ਦੇ ਵਿੱਚ ਵੈਸੇ ਤਾਂ ਆਪਾਂ ਪਰਲੇ ਤਾਂ ਆਪਾਂ ਵੱਢੇ ਦਿੱਤੇ ਇੱਕ ਘੰਟੇ ਰੀ ਲਾਉਂਦੀ ਆ ਜੀ ਆਪਣੀ ਮਸ਼ੀਨ ਅਤੇ ਨਾਲ ਹੁੰਦੀ ਅੱਗ ਲਾ ਦਿੰਦੇ ਨੇ ਜਿਹੜਾ ਮਤਲਬ ਤੁਹਾਨੂੰ ਪਤਾ ਆ ਬਾਕੀ ਕੰਬਾਈਨਾਂ ਵਾਲੇ ਵੀਰਾਂ ਨੂੰ ਬੇਨਤੀ ਆ ਜੇ ਕਿਸੇ ਨੇ ਮਸ਼ੀਨ ਵੇਚਣੀ ਹੁੰਦੀ ਆ ਜਾਂ ਲੈਣੀ ਹੁੰਦੀ ਆ ਨਾ ਅਤੇ ਆਪਣਾ ਵਟਸਐਪ ਨੰਬਰ ਛੱਡਿਆ ਹੋਇਆ ਅਤੇ ਉਹਦੇ ਉੱਤੇ ਮਤਲਬ ਮੈਸੇਜ ਕਰ ਦਿਆ ਕਰੋ ਠੀਕ ਆ ਬਾਕੀ ਆਪਣੇ ਪਿੰਡ ਦਾ ਸ਼ਹਿਰ ਦਾ ਨਾਂ ਲਿਖ ਦਿਆ ਕਰੋ ਤਾਂ ਕਿ ਆਪਾਂ ਨੂੰ ਪਤਾ ਲੱਗਦਾ ਰਹੇ ਵੀ ਆਪਣੀ ਵੀਡੀਓ ਇਹ ਕਿੱਥੇ ਤੱਕ ਚੱਲ ਰਹੀ ਆ ਜੀ ਅਤੇ ਬਾਕੀ ਚਲੋ ਜਿਵੇਂ ਵੀ ਹੈਗਾ ਮੇਰਾ ਵੀਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਅਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਠੀਕ ਆ ਜੀ ਬਾਕੀ ਚਲੋ ਅੱਜ ਦਾ ਆਪਾਂ ਵਲੌਗ ਐਂਡ ਤੱਕ ਦਿਖਾਉਂਦੇ ਹਾਂ ਵੀ ਆਪਾਂ ਕਿੰਨੇ ਵੱਡੇ ਨੇ ਕੀ ਹਿਸਾਬ ਕਿਤਾਬ ਹੈ ਨਾ ਅਤੇ ਚਲੋ ਹਜੇ ਤਾਂ ਆਪਾਂ ਸਟਾਰਟ ਕਰਿਆ ਕੰਮ ਬਾਕੀ ਵੀਡੀਓ ਬਹੁਤ ਲੰਬੀ ਹੋ ਜਾਣੀ ਇੱਥੇ ਨੈਟਵਰਕ ਦੀ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈ ਇਸ ਕਰਕੇ ਆਪਾਂ ਵੀਡੀਓ 10 ਮਿੰਟ ਦੀ ਉਹ ਬਣਾਇਆ ਕਰਾਂਗੇ 10 ਜਾਂ 12 ਮਿੰਟ ਦੀ ਇੱਦੋਂ ਬੜੀ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਨੈਟਵਰਕ ਦੀ ਬਹੁਤ ਹੀ ਜ਼ਿਆਦਾ ਪ੍ਰੋਬਲਮ ਆ ਅਤੇ ਇੱਧਰਲਾ ਜਿਹੜਾ ਮਾਲਕ ਸੀਗਾ ਮਸ਼ੀਨ ਦਾ ਮਾਲਕ ਹੈ ਇੱਧਰਲਾ ਬੰਦਾ ਲੋਕਲ ਉਹਨੇ ਆਪਾਂ ਨੂੰ ਸਿਮ ਲੈਤਾ ਸੀ ਆਪਣੇ ਨਾਂ 'ਤੇ ਇਸ ਕਰਕੇ ਆਪਣੀ ਜਿੰਨਾ ਕੁ ਹੋ ਸਕਦੀ ਹੈ ਜੀ ਆਪਾਂ ਵੀਡੀਓ ਪਾਈ ਜਾਂਦੇ ਹਾਂ ਅਤੇ ਆਹ ਦੇਖੋ ਜੀ ਢੇਰੀਆਂ ਨਾਲ ਹੁੰਦੀ ਅੱਗ ਲਾ ਦਿੰਦੇ ਸਾਰੇ ਪਾਸੇ ਧੂੰਏ ਧੂੰਆਂ ਕਰ ਦਿੰਦੇ ਨੇ ਇਹ ਕੇਰਾਂ ਦਾ ਇਹਨਾਂ ਨੂੰ ਕਿਹਾ ਵੀ ਇੱਕ ਜਾਂ ਦੋ ਗੇੜੇ ਛੱਡ ਕੇ ਪਰੇ ਅੱਗ ਲਾ ਲਓ ਕਿਉਂਕਿ ਮਸ਼ੀਨ ਨੇ ਬੈਕ ਵੀ ਹੋਣਾ ਹੁੰਦਾ ਪਿੱਛੇ ਨੂੰ ਵੀ ਮੁੜਨਾ ਹੁੰਦਾ ਹੈ ਨਾ ਅਤੇ ਲੋਕ ਦੇਖਦੇ ਨਹੀਂ ਹੈਗੇ ਤਾਂ ਇਹਨਾਂ ਦਾ ਦਿਲ ਕਰੇ ਜੀ ਇਹ ਤਾਂ ਨਾਲ ਲੱਗਦੀ ਡਿੱਗਦੀ ਸਾਰ ਢੇਰੀ ਨੂੰ ਅੱਗ ਲਾ ਦਿਆ ਕਰਨ ਇਹ ਤਾਂ ਇਹੋ ਜਿਹੇ ਬੰਦੇ ਨਹੀਂ ਰੋਕਣੇ ਪੈਂਦੇ ਨੇ ਆਪਾਂ ਇਸ ਕਰਕੇ ਥੱਲੇ ਖੜੇ ਸੀਗੇ ਵੀ ਆਪਾਂ ਅੱਗੇ ਨਹੀਂ ਅੱਗ ਲਾਉਣ ਦੇਣੀ ਕਿਉਂਕਿ ਆਪਣੀ ਮਸ਼ੀਨ ਨੇ ਵੀ ਪਿੱਛੇ ਮੋੜਨਾ ਹੁੰਦਾ ਬਾਕੀ ਇਹ ਲੋਕ ਸਮਝਦਾਰ ਨੇ ਕਿਹੜਾ ਦੱਸੇ ਤੋਂ ਮਤਲਬ ਸਮਝ ਜਾਂਦੇ ਨੇ ਅਤੇ ਆਹ ਜਿਹੜਾ ਗਾਓਂ ਆ ਜੀ ਪਰਲੀ ਸਾਈਡ ਘਰ ਦੇਖ ਰਹੇ ਹੋਣਗੇ ਆਪਾਂ ਇਹ ਗਾਓਂ ਦੇ ਲਾਗੀ ਵੱਢ ਰਹੇ ਹਾਂ ਇਹ ਇੰਦੌਰ ਪੈ ਜਾਂਦਾ ਲਗਭਗ ਇੰਦੌਰ ਸਿਟੀ ਇੱਥੇ ਕਰੀਬ ਆ ਬਿਲਕੁਲ ਰਤਲਾਮ ਵਾਲਾ ਰੋਡ ਇੱਥੋਂ ਕੁਛ ਪੈਂਦਾ ਚਲੋ ਠੀਕ ਆ ਜੀ ਬਾਕੀ ਆਪਾਂ ਵੀਡੀਓ ਕਰਦੇ ਹਾਂ ਥੋੜ੍ਹੀ ਦੇਰ ਬਾਅਦ ਸਟਾਰਟ ਜੀ ਖੇਤ ਦੇ ਚਲੋ ਚੱਲ ਬਾਕੀ ਆਪਾਂ ਖੇਤ ਦੇ ਚਲੋ ਚੱਲ ਇੱਕ ਪਾਸੇ ਆਪਣੀ ਮਸ਼ੀਨ ਚੱਲਦੀ ਹੈ ਜੀ ਅਤੇ ਇੱਕ ਪਾਸੇ ਲੱਗਿਆ ਸੀ ਅਮਰੂਦਾਂ ਦਾ ਬੂਟਾ ਅਤੇ ਅਮਰੂਦ ਤਾਂ ਲਗਭਗ ਇਹਦੇ ਵਿੱਚ ਤਿੰਨੇ ਸੀਗੇ ਦੇਖੋ ਆਪਾਂ ਤੋੜ ਲੈਣ ਵਧੀਆ ਅਤੇ ਆਹ ਹੈਗੇ ਨੇ ਜੀ MP ਦੇ ਖੂਹ ਤੁਸੀਂ ਦੇਖ ਸਕਦੇ ਹੋ ਪਾਣੀ ਵਾਲੇ ਖੂਹ ਨੇ ਇਹਦੇ ਨਾਲ ਇਹ ਨਹਾਉਂਦੇ ਧੋਂਦੇ ਨੇ ਬਾਕੀ ਖੇਤਾਂ ਨੂੰ ਪਾਣੀ ਲਾਉਂਦੇ ਨੇ ਅਤੇ ਉਹ ਪਰਲੀ ਸਾਈਡ ਲੱਗਿਆ ਹੋਇਆ ਇਹਨਾਂ ਦਾ ਪੰਪ ਜਿਹਨਾਂ ਖੇਤਾਂ ਨੂੰ ਇਹ ਪਾਣੀ ਲਾਉਂਦੇ ਨੇ ਅਤੇ ਇੱਕ ਪਾਸੇ ਆਪਾਂ ਸੋਇਆਬੀਨ ਵੱਢ ਰਹੇ ਹਾਂ ਅਤੇ ਵਾਢੀ ਚੱਲਦੀ ਹੈ ਜੀ ਹੁਣ ਕੰਮ ਜ਼ੋਰਾਂ 'ਤੇ ਆ ਬਾਕੀ ਆ 10-15 ਦਿਨ ਪੂਰੇ ਠੋਕ ਕੇ ਲੱਗਣੇ ਨੇ ਜੀ ਹੁਣ ਅਤੇ ਸੋਇਆਬੀਨ ਕੁਛ ਸਾਈਡਾਂ 'ਤੇ ਵੀ ਆ ਕੁਛ ਅੱਗੇ ਵੀ ਆ ਦੁਪਹਿਰ ਦਾ ਸਮਾਂ ਜੀ ਅਤੇ ਬਾਕੀ ਗਾਹਕ ਹੀ ਗਾਹਕ ਇੱਥੇ ਮੌਸਮ ਕੁਛ ਦੁਪਹਿਰ ਦਾ ਸਮਾਂ ਹੁਣ ਜੀ ਸਵੇਰੇ ਤਾਂ ਬੱਦਲਬਾਜ਼ੀ ਬਹੁਤ ਸੀਗੀ ਅਤੇ ਹੁਣ ਕੁਛ ਸੂਰਜ ਵੀ ਆਪਣੇ ਨਾਲ ਲੁਕਮ ਚੀਚਾ ਖੇਡਦਾ ਕਦੇ ਬੱਦਲਾਂ ਥੱਲੇ ਕਦੇ ਬਾਹਰ ਨਿਕਲ ਆਉਂਦਾ ਅਤੇ ਦੇਖ ਸਕਦੇ ਹੋ ਤੁਸੀਂ ਹੁਣ ਬਾਕੀ ਆਪਣੀ ਮਸ਼ੀਨ ਚੱਲਦੀ ਹੈ ਜੀ ਵਧੀਆ ਬਾਬੇ ਦੀ ਕਿਰਪਾ ਨਾਲ ਪ੍ਰੀਤ ਮਸ਼ੀਨ ਆ ਜੀ 987 15 ਮਾਡਲ ਆ 15 ਪਤਾ ਨਹੀਂ 16 ਮਾਡਲ ਆ ਬਾਕੀ ਮਗਰ ਸਫਾਈ ਬਿਲਕੁਲ ਓਕੇ ਰਿਪੋਰਟ ਆ ਜੀ ਮਗਰ ਕੋਈ ਐਡਾ ਦਾਣਾ ਨਹੀਂ ਹੈਗਾ ਸੋਇਆਬੀਨ ਦਾ ਬਿਲਕੁਲ ਓਕੇ ਰਿਪੋਰਟ ਆ ਅਤੇ ਮੈਂ ਜੱਗੀ ਬਾਈ ਨੇ ਇਹਦੀ ਸਰਵਿਸ ਕਰੀ ਸੀ ਅਤੇ ਬਹੁਤ ਸੋਹਣੀ ਚੱਲ ਰਹੀ ਆ ਮਸ਼ੀਨ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ
ਇੱਕਣੇ ਵੀਡੀਓ ਬਣਾਇਆ ਕਰਾਂਗੇ ਅਤੇ ਮੇਰਾ ਵੀਰ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਪਾਂ ਨੂੰ ਤੁਹਾਡੀ ਸਪੋਰਟ ਮਿਲ ਸਕੇ ਜੀ। ਚਲੋ ਠੀਕ ਆ ਜੀ, ਅਮਰੂਦ ਖਾਂਦੇ ਹਾਂ ਅਤੇ ਉਸ ਤੋਂ ਬਾਅਦ ਮਿਲਦੇ ਹਾਂ। ਜੱਗੀ ਬਾਈ ਚਲਾਉਂਦਾ ਜੀ, ਜੱਗੀ ਬਾਈ ਦਾ ਪਿੰਡ ਹੈਗਾ ਅਬਲੋਲਪੁਰ ਜੀ, ਅਬਲੋਲਪੁਰ ਤੋਂ ਬਾਈ ਆ ਇਹ ਜੱਗੀ। ਹੋਰ ਮੈਂ ਨਹੀਂ ਕਰਦਾ ਜੀ, ਹੋਰ ਮੈਂ ਵਿੱਚ ਡਰਾਈਵਰੀ ਵਿੱਚ ਫੋਰਮੈਨ ਜੀ। ਜਿਹੜੇ ਸਾਈਡਾਂ 'ਤੇ ਰਹਿੰਦੇ ਸੀ ਉਹ ਵੀ ਵੱਢੇ ਗਏ ਜੀ। ਚਲੋ ਹੁਣ ਆਪਾਂ ਚੱਲਦੇ ਹਾਂ ਉੱਤੇ ਅਤੇ ਹਾਂਜੀ, ਸ਼ਾਮ ਦੇ ਲਗਭਗ 4:30-5 ਵਜੇ ਦਾ ਟਾਈਮ ਆ ਅਤੇ ਹੁਣ ਆਪਣੀ ਮਸ਼ੀਨ ਚੱਲ ਰਹੀ ਆ। 10 ਮਿੰਟ ਦੀ ਆਪਾਂ ਬਲੌਗ ਬਣਾਉਣਾ, ਜ਼ਿਆਦਾ ਨਹੀਂ ਬਣਾਉਣਾ ਹੈਗਾ। ਅਤੇ ਗਿੱਲਾ ਬਹੁਤ ਆ ਜੀ,